ਸੂਬਾ ਸਰਹੰਦ ਜਾ ਕੇ ਸ਼ਿਕਾਇਤ ਕੀਤੀ ਸੀ ਤੇ ਮਾਤਾ ਗੁਜਰੀ ਜੀ ਕਿਸ ਤਰ੍ਹਾਂ ਗੰਗੂ ਨੂੰ ਕਹਿ ਰਹੇ ਹੈ ਤੇਰਾ ਕੀ ਗਵਾਇਆ ਇਹਨਾਂ ਬਾਲਾ ਤੇਰਾ ਕੀ ਗਵਾਇਆ ਇਹਨਾਂ ਬਾਲਾ ਮੈਂ ਗੰਗੂਆ ਤੂੰ ਕਹਿਰ ਨਾ ਕਮਾ ਤੇਰਾ ਕੀ ਗਵਾਇਆ ਇਹਨਾਂ ਬਾਲਾ ਤੇਰਾ ਕੀ ਗਵਾਇਆ ਇਹਨਾਂ ਬਾਲਾ ਗੰਗੂਆ ਤੂੰ ਕਹਿਰ ਨਾ ਕਮਾ ਤੇਰਾ ਕੀ ਲੋੜ ਤੈਨੂੰ ਜਰਦੀ ਜੇ ਮੈਥੋਂ ਮੰਗ ਲਈ ਦੌਲਤ ਨਾਲ ਬੇਟਾ ਆਪਾ ਰੰਗ ਲਈ ਬੇਕਰ ਨਾ ਤੂੰ ਮੇਰੇ ਤੋਂ ਜੁਦਾ ਤੇਰਾ ਕੀ ਗਵਾਇਆ ਇਹਨਾਂ ਵਾਲਾ ਬੇ ਗੰਗੂਆ ਤੂੰ ਕਹਿਰ ਨਾ ਕਮਾ ਤੇਰਾ ਕੀ ਵਾਹ ਕਿਉਂਕਿ ਜਦੋਂ ਆਪਾਂ ਪੰਜਾਬੀ ਫਿਲਮ ਦੇਖੀ ਸੀ ਪੰਜ ਸਾਹਿਬਜ਼ਾਦੇ ਚਾਰ ਸਾਹਿਬਜ਼ਾਦੇ ਕਿਉਂਕਿ ਮੇਰੇ ਪੰਜ ਉਹ ਜਦੋਂ ਆਪਾਂ ਹਾਂਜੀ ਪੰਜ ਪਿਆਰੇ ਦਿਮਾਗ ਦੇ ਵਿੱਚ ਪੰਜ ਪਿਆਰੇ ਦਸਵੀਂ ਪਾਤਸ਼ਾਹ ਹਾਂਜੀ ਚਾਰ ਸਾਹਿਬਜ਼ਾਦੇ ਫਿਲਮ ਦੇਖੀ ਸੀ ਤੇ ਉਹਦੇ ਵਿੱਚ ਐਗਜੈਕਟਲੀ ਜਿਹੜਾ ਤੁਸੀਂ ਹੁਣ ਗਾਣਾ ਸ਼ਬਦ ਗਾ ਰਹੇ ਸੀਗੇ ਉਹ ਐਗਜੈਕਟਲੀ ਜਿਹੜਾ ਸੀਨ ਸੀਗਾ ਉਹ ਇਕਦਮ ਹੀ ਅੱਖਾਂ ਦੇ ਅੱਗੇ ਆ ਗਿਆ ਕਿ ਕਿਸ ਤਰ੍ਹਾਂ ਮਾਤਾ ਗੁਜਰੀ ਨੇ ਆਪਣੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਿੱਦਾਂ ਆਪਣੇ ਲਾਲਾਂ ਨੂੰ ਤੋਰਿਆ ਹੋਣਾ ਹੈਗਾ ਹਾਂਜੀ ਕਿਉਂਕਿ ਉਹ ਮਤਲਬ ਹੁਣ ਤਾਂ ਫਿਲਮ ਬਣੀ ਹੈ ਤੇ ਉਹ ਜਦੋਂ ਸਾਡੇ ਜ਼ਮਾਨੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ ਕਿ ਇਹਦਾ ਪ੍ਰਸੰਗ ਤਿਆਰ ਕੀਤਾ ਹੁੰਦਾ ਸੀਗਾ ਕਿਸੇ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਚਮਕੌਰ ਦੀ ਜੰਗ ਜਾਂ ਛੋਟੇ ਸਾਹਿਬਜ਼ਾਦੇ ਸ਼ਹੀਦੀ ਅਸੀਂ ਮਤਲਬ ਵੀ ਉਦੋਂ ਪ੍ਰਸੰਗ ਤਾਂ ਰੈਡੀ ਕਰਕੇ ਹੁੰਦੇ ਖਾਲਸਾ ਪੰਥ ਦੀ ਸਾਜ ਨਾਲ ਉਹ ਪ੍ਰਸੰਗ ਰੈਡੀ ਹੋਣਾ ਉਹ ਲੜੀਵਾਰ ਅਤੇ ਅਸੀਂ ਮਤਲਬ ਉਹ ਰਿਕਾਰਡ ਵੀ ਕੀਤੇ ਆ ਅਤੇ ਸਟੇਜ 'ਤੇ ਵੀ ਗਾਇਆ ਕਰਦੇ ਸਨ ਕਿਸ ਤਰ੍ਹਾਂ ਇਹ ਅਨੰਦਪੁਰ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਨੂੰ ਦਸਵੀਂ ਪਾਤਸ਼ਾਹ ਛੱਡਿਆ ਕਿਸ ਤਰ੍ਹਾਂ ਸਰਸਾ ਉੱਤੇ ਵਿਛੋੜਾ ਪਿਆ ਪਰਿਵਾਰ ਦਾ ਕਿਸ ਤਰ੍ਹਾਂ ਦੋ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਰ ਸਿੰਘ ਅਤੇ ਚਾਲੀ ਸਿੰਘ ਚਮਕੌਰ ਦੀ ਗੜੀ ਵਿੱਚ ਲੱਗਾ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਤੇ ਗੰਗੂ ਅਤੇ ਮਾਤਾ ਗੁਜਰੀ ਜੀ ਉਹਨਾਂ ਦੇ ਪਿੰਡ 'ਚ ਲੱਗਾ ਅਤੇ ਕਿਸ ਤਰ੍ਹਾਂ ਬਾਕੀ ਮਤਲਬ ਉਹਨਾਂ ਦਾ ਪਰਿਵਾਰ ਜਿਹੜੇ ਦਿੱਲੀ 'ਚ ਲੱਗਾ ਅਤੇ ਉਸ ਪਰਿਵਾਰ ਵਿਛੋੜਾ ਜਿਹੜਾ ਅਸੀਂ ਮਤਲਬ ਇਹ ਸਟੇਜਾਂ 'ਤੇ ਆਪ ਗਾਇਆ ਕਰਦੇ ਸਨ ਨਾਲ ਪ੍ਰਚਾਰ ਕਰਕੇ ਇੱਕ ਜਣੇ ਪ੍ਰਚਾਰ ਕਰਨਾ ਬਾਕੀਆਂ ਨੇ ਅਸੀਂ ਉਹ ਮਤਲਬ ਗੀਤ ਇੱਦਾਂ ਗਾਉਂਦੇ ਹੁੰਦੇ ਸੀ ਅਤੇ ਹੁਣ ਇਹ ਰਿਵਾਜ਼ ਵੀ ਬਹੁਤ ਘੱਟਦਾ ਜਾ ਰਿਹਾ ਅਤੇ ਇਹ ਚਾਹੀਦਾ ਹੈਗਾ ਕਿ ਵੀ ਤੁਸੀਂ ਆਪਣੀ ਗੁਰਦੁਆਰਿਆਂ ਵਿੱਚ ਇਹੋ ਜਿਹਾ ਕੋਈ ਪ੍ਰੋਗਰਾਮ ਰੱਖੇ ਜਾਣ ਜਿਹਦੇ ਵਿੱਚ ਅਤੇ ਸਾਹਿਬਜ਼ਾਦੇ ਸ਼ਹੀਦੀ ਬਾਰੇ ਪ੍ਰਸੰਗ ਦੱਸਿਆ ਜਾਵੇ ਸਾਹਿਬ ਵੱਡੇ ਸਾਹਿਬਜ਼ਾਦੇ ਸ਼ਹੀਦੀ ਬਾਰੇ ਪ੍ਰਸੰਗ ਦੱਸਿਆ ਜਾਵੇ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਅਸੀਂ ਉਹ ਮਤਲਬ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਉਹਨਾਂ ਦੇ ਪ੍ਰਸੰਗ ਬਣਾਏ ਹੁੰਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਬਾਰੇ ਅਸੀਂ ਪ੍ਰਸੰਗ ਬਣਾਇਆ ਹੁੰਦਾ ਕਿਸ ਤਰ੍ਹਾਂ ਕਸ਼ਮੀਰ ਤੋਂ ਪੰਡਿਤ ਆਏ ਉਹਨਾਂ ਨੇ ਆ ਕੇ ਅਰਜ਼ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਦਸਵੀਂ ਪਾਤਸ਼ਾਹ ਨੇ ਖੁਦ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਰਬਾਨੀ ਦਿਓ ਇਹੋ ਜਿਹੇ ਪ੍ਰਸੰਗ ਬਣਾਏ ਹੁੰਦੇ ਸੀ ਤੇ ਲੇਕਿਨ ਹੁਣ ਇਹ ਬਹੁਤ ਘੱਟ ਦੇਖਣ ਵਿੱਚ ਬਹੁਤ ਘੱਟ ਆ ਹਾਂਜੀ ਜਿਹੜੇ ਪ੍ਰਸੰਗ ਹੈਗੇ ਜੇ ਆਪਾਂ ਸੋਚੀਏ ਕਿ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਜ਼ਰੂਰ ਹੁੰਦਾ ਹੈਗਾ ਤੇ ਉਹ ਇੱਕ ਜਿੱਦਾਂ ਰਾਗਾਂ ਦੇ ਆਧਾਰ ਤੇ ਉਹਨਾਂ ਨੇ ਜਿੱਦਾਂ ਚੇਂਜ ਕਰਤਾ ਜਿੱਦਾਂ ਕਹਿੰਦੇ ਨੇ ਕਿ ਨਾ ਟਾਈਮ ਟਾਈਮ ਦੇ ਨਾਲ ਕਿਉਂਕਿ ਜਦੋਂ ਤੁਸੀਂ ਉਦੋਂ ਆਪਣੇ ਪ੍ਰਸੰਗਾਂ ਦੇ ਜ਼ਰੀਏ ਦੱਸਦੇ ਹੁੰਦੇ ਸੀ ਇਕੱਲੀ ਇਕੱਲੀ ਚੀਜ਼ ਨੂੰ ਜਿਹੜਾ ਹੁਣ ਥੋੜਾ ਇੱਕ ਜ਼ਮਾਨਾ ਵੀ ਚੇਂਜ ਹੋ ਗਿਆ ਹੈਗਾ ਤੇ ਹੁਣ ਜਿਹੜੇ ਰਾਗੀ ਜਿੱਥੇ ਲੱਗਦੇ ਹੈਗੇ ਉਹ ਵੀ ਦੱਸਦੇ ਹੈਗੇ ਆ ਇੱਕ ਮੋੜ ਲੈ ਲਿਆ ਗੁਰਬਾਣੀ ਵੱਲ ਥੋੜਾ ਜਿੱਦਾਂ ਉਹਨਾਂ ਨੇ ਹਾਂਜੀ ਜਿਹੜੀ ਗੁਰਬਾਣੀ ਸਾਰੀ ਰਾਗਾਂ ਵਿੱਚ ਹਾਂਜੀ ਆਧਾਰਿਤ ਹੈਗੀ ਸਾਰਾ ਕੁਛ ਹਾਂਜੀ ਹੈਗੇ ਆ ਤੇ ਉਹ ਮਤਲਬ ਪੰਜਵੀਂ ਪਾਤਸ਼ਾਹ ਦੀ ਇਹਨਾਂ ਨੇ ਦੇਣ ਹੈਗੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਨੂੰ ਅਸੀਂ ਉਹਨਾਂ ਨੇ ਬਖਸ਼ਿਆ ਕਿ ਇਕੱਲੇ ਇਕੱਲਾ ਸ਼ਬਦ ਜਿਹੜਾ ਉਹਨਾਂ ਜਿਸ ਹਿਸਾਬ ਦੇ ਤਰ੍ਹਾਂ ਤਰ੍ਹਾਂ ਦੇ ਸ਼ਬਦ ਹੈਗੇ ਕੋਈ ਖੁਸ਼ੀ ਦੇ ਸ਼ਬਦ ਵਿੱਚ ਹੈਗੇ ਕੋਈ ਗਮੀ ਦੇ ਵੀ ਸ਼ਬਦ ਹੈਗੇ ਵਿਆਹ ਦੇ ਸ਼ਬਦ ਹੈਗੇ ਤੇ ਹਰ ਇੱਕ ਤਰ੍ਹਾਂ ਦੇ ਜਿਸ ਹਿਸਾਬ ਦਾ ਵੀ ਕੋਈ ਸ਼ਬਦ ਹੈਗਾ ਉਸ ਹਿਸਾਬ ਨਾਲ ਉਹਨਾਂ ਨੇ ਉਹ ਰਾਗ ਪੇਸ਼ ਕੀਤਾ ਹੈਗਾ ਗੁਰੂ ਗ੍ਰੰਥ ਸਾਹਿਬ ਵਿੱਚ ਹਾਂਜੀ ਤੇ ਜਿਸ ਤਰ੍ਹਾਂ ਹੁਣ ਜੇ ਭੈਰੋ ਰਾਗ ਵਿੱਚ ਕੋਈ ਰਾਗ ਹੈਗਾ ਤੇ ਉਸ ਹਿਸਾਬ ਨਾਲ ਉਹਨਾਂ ਨੇ ਉਹ ਸ਼ਬਦ ਤਿਆਰ ਕੀਤਾ ਹੈ ਤੇ ਮੈਂ ਯਾਦ ਹੋਵੇ ਤਾਂ ਇੱਕ ਭੈਰੋ ਰਾਗ ਵਿੱਚ ਤੁਹਾਨੂੰ ਇਹ ਸ਼ਬਦ ਸੁਣਾਵਾਂ ਰੱਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਰੱਖਾ ਏਕ ਹਮਾਰਾ ਸੁਆਮੀ ਇਹ ਜਿਹੜਾ ਰਾਗ ਹੈ ਇਹ ਹੈ ਭੈਰੋ ਰਾਗ ਵਿੱਚ ਸਾਡੇ ਗੁਰਦਿਆਲ ਸਿੰਘ ਰਸੀਆ ਜੀ ਨੇ ਸਾਨੂੰ ਮਤਲਬ ਉਹਨਾਂ ਤੋਂ ਮੈਂ ਬਾਜਾ ਸਿੱਖਿਆ ਸੀਗਾ ਅਤੇ ਉਹਨਾਂ ਨੇ ਦੱਸਿਆ ਕਿ
ਜੇ ਤੁਸੀਂ ਉਸ ਰਾਗ ਨੂੰ ਉਹ ਜਿਸ ਰਾਗ ਵਿੱਚ ਗੁਰਬਾਣੀ ਰਚੀ ਗਈ ਹੈ ਅਤੇ ਉਸੇ ਰਾਗ ਵਿੱਚ ਤੁਸੀਂ ਜੇ ਗਾਉਂਦੇ ਹਾਂ ਅਤੇ ਉਹਦਾ ਮਤਲਬ ਉਹਦਾ ਆਨੰਦ ਹੀ ਹੋਰ ਹੈ। ਅਤੇ ਅੱਜ ਕੱਲ੍ਹ ਮਤਲਬ ਬਹੁਤ ਸਾਰੇ ਕੀਰਤਨ ਨੇ, ਤੁਸੀਂ ਜਦੋਂ ਅੰਮ੍ਰਿਤਸਰ ਤੋਂ ਆਉਂਦਾ ਹੈਗਾ ਕੀਰਤਨ ਆਪਾਂ ਤਾਂ ਟੈਲੀਵਿਜ਼ਨ ਦੇਖਦੇ ਹਾਂ ਅਤੇ ਜਦੋਂ ਰਾਗੀ ਉਸੇ ਰਾਗ ਵਿੱਚ ਗਾਉਂਦੇ ਬਹੁਤ ਜਾਣੀ ਆਨੰਦ ਆਉਂਦਾ। ਅਤੇ ਮਤਲਬ ਇਹ ਕਿ ਉਹ ਵੀ ਉਹ ਵੱਖਰੀ ਚੀਜ਼ ਹੈ ਜਿਹੜਾ ਕੀਰਤਨ ਕਰਨਾ, ਅਤੇ ਇਹਦੇ ਨਾਲ ਨਾਲ ਇਹ ਵੀ ਮਤਲਬ ਚਾਹੀਦਾ ਹੈਗਾ ਕਿ ਤੁਸੀਂ ਜੇ ਢਾਡੀ ਜਥੇ ਆਉਂਦੇ ਜਾਂ ਕੋਈ ਕੀਰਤਨ ਜਥਾ ਆਉਂਦਾ ਉਹ ਇੱਦਾਂ ਮਤਲਬ ਆਪਣੇ ਇਤਿਹਾਸ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਹਿਸਟਰੀ ਕੀ ਹੈ, ਸਾਡਾ ਪਿਛੋਕੜ ਕੀ ਹੈ, ਸਾਡੇ ਬਜ਼ੁਰਗਾਂ ਦੇ ਸਾਡੇ ਗੁਰੂ ਸਾਹਿਬਾਂ ਨੇ ਕੀ ਕਰਵਾਉਣੀ ਦਿੱਤੀਆਂ। ਇੱਕ ਮੈਂ ਦੇਖਿਆ ਸੀ ਐਤਕੀ ਜਦੋਂ ਆਪਾਂ ਨਗਰ ਕੀਰਤਨ ਜਾ ਰਹੇ ਸੀ, ਬਰਮਿੰਘਮ ਦਾ ਸੈਂਡਵੈਲ ਦਾ ਨਗਰ ਕੀਰਤਨ ਸੀ ਤੇ ਉਹਦੇ ਵਿੱਚ ਜਿਹੜੇ ਡਿਫਰੈਂਟ ਲੈਂਗੁਏਜ ਵਾਲੇ ਵੀ ਕਾਫੀ ਸੀਗੇ, ਦਾ ਹੋਲ ਸਾਰੇ ਇਕੱਠੇ ਹੋਏ ਸੀ ਤੇ ਉਹਨੂੰ ਮੈਨੂੰ ਆਪਣੇ ਆਪ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਦੇਖੋ ਆਪਾਂ ਤਾਂ ਨਗਰ ਕੀਰਤਨ ਲਈ ਜਾ ਰਹੇ ਹੈਗੇ ਆ ਤੇ ਜਿਹੜੇ ਹੋਰ ਕਮਿਊਨਿਟੀ ਪੀਪਲ ਹੈਗੇ ਆ ਉਹ ਵੀ ਆਪਾਂ ਨੂੰ ਹੁਣ ਫੋਲੋ ਕਰਦੇ ਹੈਗੇ, ਉਹ ਵੀ ਆਪਣੇ ਵਾਂਗੂ ਪੰਜਾਬੀ ਸੂਟ ਪਾਉਂਦੇ ਹੈਗੇ ਆ, ਪੰਜਾਬੀ ਫੂਡ ਖਾਂਦੇ ਹੈਗੇ ਆ। ਮੇਰਾ ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਹੋਰ ਧਰਮਾਂ ਦੇ ਵੀ ਹੈਗੇ ਆ ਉਹ ਆਪਣੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ, ਆਪਣੀ ਪੰਜਾਬੀ ਬੋਲੀ ਨੂੰ, ਆਪਣੇ ਪੰਜਾਬੀ ਪਹਿਰਾਵੇ ਨੂੰ ਅਪਣਾ ਰਹੇ ਹੈਗੇ ਆ। ਹਾਂਜੀ, ਉਹ ਮਤਲਬ ਵਿਸਾਖੀ ਮੇਲੇ ਦੀ ਇੱਕ ਇਹ ਹੋਰ ਖੂਬੀ ਵੀ ਆ ਕਿ ਉਹ ਧਾਰਮਿਕ ਮੇਲਾ ਰਹਿੰਦਾ। ਹਾਂਜੀ, ਉੱਥੇ ਵਿੱਚ ਕੋਈ ਵੀ ਸ਼ਰਾਬ ਨਹੀਂ ਅਲਾਊਡ ਹੁੰਦੀ, ਸਿਗਰਟ ਅਲਾਊਡ ਨਹੀਂ ਹੁੰਦੀ, ਤੇ ਦੂਜਾ ਕਿ ਫੈਮਿਲੀ ਜਿਹੜੀ ਆ ਪਰਿਵਾਰ ਬੜੇ ਸੇਫਟੀ ਦੇ ਫੈਮਿਲੀ ਆਊਟ ਹੁੰਦਾ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨਾਲ ਜਾ ਸਕਦੇ ਹੋ ਔਰ ਤੁਹਾਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਹੁੰਦਾ ਕਿ ਕੁਛ ਹੋਰ ਚੱਕਾ ਜਾਂ ਤੁਹਾਨੂੰ ਇਹ ਉੱਥੇ ਕੋਈ ਚੋਰੀ ਕਰ ਲੂਗਾ। ਤੇ ਇਹ ਮਤਲਬ ਜਿਹੜੇ ਬਾਹਰਲੇ ਲੋਕ ਵੀ ਜਿਹੜੇ ਆਉਂਦੇ ਉਹ ਦੇਖਦੇ ਆਣ ਕੇ ਕਿ ਕਿਸ ਤਰ੍ਹਾਂ ਸਾਡੇ ਲੋਕ ਸਾਡੇ ਸਿੱਖ ਧਰਮ ਕਿਸ ਤਰ੍ਹਾਂ ਸਿੱਖ ਵਿਸਾਖੀ ਮਨਾ ਰਹੇ ਔਰ ਬਹੁਤ ਸਾਰੇ ਮੈਂ ਦੇਖਿਆ ਮੁਸਲਮਾਨ ਭਰਾ ਵੀ ਵਿਸਾਖੀ ਦੇ ਮੇਲੇ ਵਿੱਚ ਆਏ ਢਕਿਓ ਸੀ ਬਕਾਇਦਾ ਤੇ ਉਹਨਾਂ ਨੇ ਰੁਮਾਲ ਬੰਨੇ ਸੀਗੇ ਤੇ ਉਹ ਵੀ ਬਹੁਤ ਰਿਸਪੈਕਟ ਕਰਦੇ ਆ। ਤੇ ਬਾਹਰਲੇ ਮੁਲਕਾਂ ਦੇ ਗੋਰੇ ਲੋਕ ਵੀ ਬਹੁਤ ਸਾਰੇ ਮੇਲੇ ਵਿੱਚ ਦੇਖੇ ਅਸੀਂ ਤੇ ਉਹਨਾਂ ਨੇ ਵੀ ਬਹੁਤ ਜਾਣੀ ਪਿਆਰ ਨਾਲ ਮੇਲਾ ਦੇਖਿਆ। ਇੱਕ ਮੈਨੂੰ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਬੜਾ ਅੱਛਾ ਲੱਗਾ ਕਿ ਜਦੋਂ ਉਹਨਾਂ ਨੇ ਸਾਡਾ ਪੰਜਾਬੀ ਪਹਿਰਾਵਾ ਪਾ ਕੇ ਸਪੈਸ਼ਲੀ ਮੇਲੇ ਦੇ ਵਿੱਚ ਆਏ ਸੀ ਕਿਉਂਕਿ ਕਾਫੀ ਪੀਪਲਾਂ ਨੂੰ ਜਦੋਂ ਮਿਲਣ ਦਾ ਮੌਕਾ ਮਿਲਿਆ ਤੇ ਦੇ ਨੋ ਐਕਚੁਅਲੀ ਕਿ ਵਿਸਾਖੀ ਦਾ ਮਤਲਬ ਕੀ ਹੈਗਾ ਆ। ਹਾਂਜੀ, ਹੁਣ ਤਾਂ ਮਤਲਬ ਕਾਫੀ ਪਤਾ ਲੱਗ ਗਿਆ ਇੱਥੇ ਦੇ ਲੋਕਾਂ ਨੂੰ ਕਿ ਪਹਿਲੇ ਜ਼ਮਾਨੇ ਵਿੱਚ ਉਦੋਂ ਮੁਸ਼ਕਲ ਸੀਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਿੱਖ ਕੌਣ ਆ। ਮਤਲਬ ਬਟ ਹੁਣ ਮੇਰਾ ਮਤਲਬ ਹੈਗਾ ਕਿ ਸਕੂਲਾਂ ਦੇ ਵਿੱਚ ਵੀ ਕਾਫੀ ਪ੍ਰਚਾਰ ਕੀਤਾ ਜਾਂਦਾ ਹੈਗਾ। ਜੇ ਅਸੀਂ ਆਪਣੇ ਟਾਊਨ ਦੇ ਸਕੂਲ ਦੀ ਗੱਲ ਕਰੀਏ ਉੱਥੇ ਇੱਕ ਸਪੈਸ਼ਲ ਅਸੈਂਬਲੀ ਰੱਖੀ ਜਾਂਦੀ ਹੈਗੀ ਵਿਸਾਖੀ ਦੇ ਲਈ। ਸੋ ਕਿਉਂਕਿ ਹੁਣ ਇੱਦਾਂ ਤਾਂ ਹੈ ਨੀ ਕਿ ਇਕੱਲੇ ਸਾਡੇ ਹੀ ਬੱਚੇ ਜਾਂਦੇ ਹੈਗੇ, ਪੰਜਾਬੀ ਹੀ ਬੱਚੇ, ਉੱਥੇ ਹੋਰ ਬਾਕੀ ਬੱਚੇ ਵੀ ਹੁੰਦੇ ਹੈਗੇ ਤੇ ਉਹਨਾਂ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਐਕਚੁਅਲੀ ਵਿਸਾਖੀ ਦਾ ਮਹੱਤਵਪੂਰਨ ਕੀ ਹੈਗਾ ਆ। ਇਹਨੇ ਗੁੜ ਚੀਜ਼ ਆ ਜਿਹੜੀ ਮਤਲਬ ਬੱਚੇ ਗੁਰਦੁਆਰੇ ਜਾਂਦੇ ਆ ਤੇ ਜਾ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਬਾਹਰ ਦੂਸਰੇ ਮੁਲਕਾਂ ਦੇ ਆਪਣੇ ਦੂਸਰੇ ਧਰਮਾਂ ਦੇ ਬੱਚੇ ਵੀ ਜਾਂਦੇ ਆ, ਮੱਥਾ ਵੀ ਟੇਕ ਜਾਂਦੇ ਆ, ਮੱਥਾ ਟੇਕਣ ਜਾ ਕੇ ਉਹ ਪ੍ਰਸ਼ਾਦ ਲੈਂਦੇ ਆ ਤੇ ਲੰਗਰ ਵੀ ਛਕਦੇ, ਉਹਨਾਂ ਪਤਾ ਲੱਗਦਾ ਕਿ ਸਿੱਖ ਧਰਮ ਕੀ ਆ। ਇੱਥੇ ਫ੍ਰੀ ਲੰਗਰ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਹੈਰਾਨੀ ਹੁੰਦੀ ਕਿ ਲੰਗਰ ਫ੍ਰੀ ਮਿਲਦਾ ਇੱਥੇ ਤੇ ਉਹ ਮਤਲਬ ਬਾਹਰਲੇ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਪਰ ਜੇ ਆਪਾਂ ਫ੍ਰੀ ਲੰਗਰ ਦੀ ਗੱਲ ਕਰਦੇ ਹਾਂ ਕਿ ਇਹ ਜਿਹੜੀ ਰੀਤ ਪਿੱਛੇ ਤੁਰ ਆ ਰਹੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀਗੀ, ਸਿੱਧਾ ਸਾਦਾ ਸਿੰਪਲ ਜਿਹਨੂੰ ਕਹਿੰਦੇ ਹੈਗੇ ਆ ਲੰਗਰ ਦੇ ਯਾਦ ਹੋਏ, ਮੈਨੂੰ ਯਾਦ ਆ ਗਿਆ ਗੀਤ ਗੁਰੂ ਨਾਨਕ ਦੇ ਮਹਾਰਾਜ ਦਾ, ਆਪਾਂ ਵਿਸਾਖੀ ਦਾ ਦਿਹਾੜਾ ਮਨਾ ਰਹੇ ਤੇ ਲੇਕਿਨ ਜਿਵੇਂ ਕਿ ਕਿਹਾ ਕਿ ਸਾਡੇ ਬਹੁਤ ਸਾਰੇ ਰਿਕਾਰਡ ਹੋ ਚੁੱਕੇ ਆ, ਇਹ ਵੀ ਇੱਕ ਸਾਡਾ ਇੱਕ ਰਿਕਾਰਡ ਕੀਤਾ ਆ। ਵੀਹ ਰੁਪਈਏ ਦੇ ਕੇ ਆਖਿਆ ਪਿਤਾ ਕਾਲੂ ਨੇ, ਬੇਟਾ ਪੈਸੇ ਜਾ ਕੇ ਲਾਈ ਸਹੀ ਟਿਕਾਣੇ, ਖਰਾ ਸੌਦਾ ਕਰਨਾ ਜਿਸ ਵਿੱਚ ਪਵੇ ਘਾਟਾ ਨਾ, ਘਾਟਾ ਖਾਂਦੇ ਨੀ ਕਦੇ ਵੀ ਲੋਕ ਸਿਆਣੇ। ਵੀਹ ਰੁਪਈਏ ਲੈ ਕੇ ਤੁਰ ਪੈ ਸਤਿਗੁਰੂ ਨਾਨਕ ਜੀ, ਉਹਦੀ ਮਹਿਮਾ ਦਾਤਾ ਆਪੇ ਹੀ ਉਹ ਜਾਣੇ। ਬਾਲਾ ਨਾਲ ਗੁਰਾਂ ਦੇ ਭੇਜਿਆ ਪਿਤਾ ਕਾਲੂ ਨੇ, ਸਤਿਗੁਰ ਤੁਰ ਪੈ ਸੀ ਮਨ ਕੇ ਦਾਤੇ ਦੇ ਪਾਣੇ। ਰਾਹ ਵਿੱਚ ਜਾਂਦੇ ਜਾਂਦੇ ਖੜ ਕੇ ਸਤਿਗੁਰ ਵੇਖਦੇ, ਬੈਠੇ ਰਸਤੇ ਵਿੱਚ ਸਾਧੂ ਭੁੱਖ ਨ ਪਾਣੇ। ਸਤਿਗੁਰ ਬੋਲੇ ਬਾਲਿਆ ਬੋਲ ਸਤਿਗੁਰ ਧਾਰ ਤੂੰ, ਦਾਤ ਨੇ ਕੱਲ ਦਿੱਤਾ ਆ ਸਾਨੂੰ ਸਹੀ ਟਿਕਾਣੇ ਨੇ। ਬਾਲਾ ਭੋਜਨ ਲਿਆ ਕੇ ਬਾਲਾ ਭੋਜਨ ਲਿਆਇਆ ਜਾ ਕੇ ਸਾਧੂਆਂ ਵਾਸਤੇ,
ਸਾਧੂ ਦੇਣਾ ਸੀਸਾਂ ਖਾ ਕੇ ਰੱਜ ਕੇ ਖਾਣੇ ਸੱਚਾ ਸੌਦਾ ਕਰਕੇ ਮੁੜ ਪੈ ਸਤਿਗੁਰ ਨਾਨਕ ਜੀ ਬਾਲੇ ਨੇ ਘਰ ਜਾ ਕੇ ਦੱਸਿਆ ਕਿੱਥੇ ਬਹਾਨੇ ਸੁਣਦੇ ਸਾਰੇ ਗੁੱਸਾ ਚੜ ਗਿਆ ਪਿਤਾ ਕਾਲੂ ਨੂੰ ਗੁੱਸੇ ਦੇ ਵਿੱਚ ਆ ਕੇ ਰਹੀ ਨਾ ਹੋਸ਼ ਟਿਕਾਣੇ ਬੈਠੇ ਬੂਟੇ ਦੇ ਵਿੱਚ ਲੁਕੇ ਸਤਿਗੁਰ ਨਾਨਕ ਜੀ ਥੱਪੜ ਮਾਰਿਆ ਨੀਲ ਪੈ ਗਿਆ ਮੁੱਖ ਸੁਹਾਨੇ ਨਾ ਮਾਰੀ ਵੀਰੇ ਨੂੰ ਤੂੰ ਬਾਵਲਾ ਨਾ ਮਾਰੀ ਵੀਰੇ ਨੂੰ ਤੂੰ ਬਾਵਲਾ ਹੁੰਦੇ ਚਾਂਦੀ ਦੇ ਕੀ ਛਿੱਲੜੇ ਨਮਾਣੇ ਪਤਾ ਲੱਗਾ ਇਸ ਗੱਲ ਦਾ ਰਾਏ ਬੁਲਾਰ ਨੂੰ ਪਤਾ ਲੱਗਾ ਜਦੋਂ ਇਸ ਗੱਲ ਦਾ ਰਾਏ ਬੁਲਾਰ ਨੂੰ ਕਹਿੰਦਾ ਇਹਦੇ ਵਾਸਤੇ ਮੇਰੇ ਖੁੱਲੇ ਪਏ ਖਜ਼ਾਨੇ ਇਹਦੇ ਵਾਸਤੇ ਮੇਰੇ ਖੁੱਲੇ ਪਏ ਖਜ਼ਾਨੇ ਵਾਓ ਦੇਖ ਲਓ ਜਿਸ ਤਰ੍ਹਾਂ ਤੁਸੀਂ ਕਹਿ ਸੀ ਜਦੋਂ ਖਾਲਸਾ ਪੰਥ ਸਜਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੀ ਜਿਹੜੀ ਪਹਿਲੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਵਿਚਾਰ ਕਰ ਦਿੱਤੀ ਸੀਗੀ ਕਿ ਤੁਸੀਂ ਸੀਸ ਲੈਣਾ ਹੈਗਾ ਤੇ ਨਾਲ ਹੀ ਉਹਨਾਂ ਨੇ ਉਸ ਵਕਤ ਜਿਹੜੀ ਲੰਗਰ ਦੀ ਇੱਕ ਪ੍ਰਥਾ ਚਲਾਈ ਸੀਗੀ ਉਹ ਹਜੇ ਤੱਕ ਵੀ ਦੇਖ ਲਓ ਚੱਲਦੀ ਆ ਰਹੀ ਹੈਗੀ ਇਹ ਮਤਲਬ ਸਾਧੂਆਂ ਵਾਸਤੇ ਗੁਰੂ ਨਾਨਕ ਦੇ ਮਹਾਰਾਜ 20 ਰੁਪਏ ਦਾ ਲੰਗਰ ਉਦੋਂ ਲਾਇਆ ਸੀਗਾ ਤੇ ਭੈਣ ਨਾਨਕੀ ਨੂੰ ਜਿਸ ਵੇਲੇ ਪਿਤਾ ਜੀ ਨੇ ਉਹ ਹੁਣ ਨਹੀਂ ਪਹਿਚਾਣ ਸਕੇ ਸੀ ਭੈਣ ਨਾਨਕੀ ਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਪਹਿਚਾਣ ਲਿਆ ਲੈ ਕਿ ਇਹ ਰੱਬ ਦਾ ਰੂਪ ਆ ਤੇ ਉਹਨੇ ਆਖਿਆ ਕਿ ਮੇਰੇ ਵੀਰੇ ਨੂੰ ਨਾ ਮਾਰ ਝਿੜਕਣਾ ਤੇ ਰਾਏ ਬੁਲਾਰ ਕਹਿੰਦੇ ਨੇ ਕਿ ਉਹ ਇੱਕ ਮੁਸਲਮਾਨ ਸੀਗਾ ਤੇ ਉਹਨੇ ਗੁਰੂ ਨਾਨਕ ਦੇ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਨੂੰ ਝਿੜਕਿਆ ਉਹਨਾਂ ਨੂੰ ਉਹਨੂੰ ਵੀ ਗਿਆਨ ਹੋ ਗਿਆ ਸੀ ਕਿ ਇਹ ਖੁਦਾ ਦਾ ਰੂਪ ਆ ਤੇ ਉਹਨੇ ਕਹਿੰਦੇ ਨੇ ਬਹੁਤ ਸਾਰੀ ਜ਼ਮੀਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਉਸ ਨਨਕਾਣਾ ਸਾਹਿਬ ਦੇ ਨਾਂ ਲਵਾਈ ਸੀਗੀ ਹਜੇ ਵੀ ਬਹੁਤ ਸਾਰੀ ਪਾਕਿਸਤਾਨੀ ਗੌਰਮੈਂਟ ਨੇ ਨਨਕਾਣਾ ਸਾਹਿਬ ਦੇ ਨਾਂ ਜ਼ਮੀਨ ਹਜੇ ਤੱਕ ਉਸ ਤਰ੍ਹਾਂ ਕਾਇਮ ਹੈ ਕਿਉਂਕਿ ਆਪਣੇ ਕਾਫੀ ਜਥੇ ਜਾਂਦੇ ਹੈਗੇ ਆ ਜਦੋਂ ਸਪੈਸ਼ਲੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਹੁੰਦਾ ਹੈਗਾ ਤੇ ਸਪੈਸ਼ਲੀ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕਦੇ ਜਿੱਥੇ ਸਾਡੇ ਗੁਰੂ ਨੇ ਬਹਿ ਕੇ ਭਗਤੀ ਕੀਤੀ ਸੀਗੀ ਤੁਹਾਨੂੰ ਕਦੇ ਮੌਕਾ ਮਿਲਿਆ ਹੈਗਾ ਕਿ ਤੁਸੀਂ ਨਨਕਾਣਾ ਸਾਹਿਬ ਗਏ ਹੈਗੇ ਆ ਤੇ ਤੁਸੀਂ ਉਸ ਧਰਤੀ ਨੂੰ ਮੱਥਾ ਟੇਕਿਆ ਜਿੱਥੇ ਸਾਡੇ ਗੁਰੂਆਂ ਨੇ ਬਹਿ ਕੇ ਵਿਚਾਰ ਕੀਤੀ ਸੀ ਗੁਰੂਆਂ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀਗੀ ਕਿਉਂਕਿ ਕਾਫੀ ਕੁਛ ਹਿਸਟਰੀ ਦੇ ਵਿੱਚ ਹੈਗਾ ਬਹੁਤ ਸਾਰੇ ਜਿੱਥੇ ਜਾਂਦੇ ਆ ਲੇਕਿਨ ਕਈ ਵਾਰੀ ਮਨ ਬਣਦਾ ਕਿ ਅਸੀਂ ਵੀ ਇਹਨਾਂ ਨੇ ਜੁਆਇਨ ਕਰਕੇ ਦੇਖ ਕੇ ਆਈਏ ਸਾਡੇ ਮੁਹੰਮਦ ਅਯੂਬ ਸਾਹਿਬ ਓਰੀਅਨ ਸਟਾਰ ਏਜੰਸੀ ਦੇ ਸਾਰੀ ਫੈਮਿਲੀ ਨਾਲ ਲੈ ਕੇ ਨਨਕਾਣਾ ਸਾਹਿਬ ਗਏ ਉਹਨਾਂ ਦੱਸਿਆ ਕਿ ਅਸੀਂ ਖੰਜਾ ਸਾਹਿਬ ਦੇ ਦਰਸ਼ਨ ਕੀਤੇ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਸ ਵੇਲੇ ਮਤਲਬ ਇਹ ਇੱਕ ਮਨ ਵਿੱਚ ਹੂਕ ਉੱਠਦੀ ਸੀ ਇੱਕ ਪੁਰਾਣਾ ਗੀਤ ਹੁੰਦਾ ਸੀ ਮੈਂ ਦੋ ਕੁ ਲਾਈਨਾਂ ਉਹਦੀਆਂ ਸੁਣਾਵਾਂ ਨਨਕਾਣੇ ਵੱਲ ਨੂੰ ਜਾਂਦੇ ਆ ਰਾਈਆ ਵੇ ਮੇਰੇ ਪ੍ਰੀਤਮ ਨੂੰ ਸੰਦੇਸਾ ਦੇ ਮੀ ਜਾ ਨਨਕਾਣੇ ਵੱਲ ਨੂੰ ਜਾਂਦੇ ਆ ਰਾਈਆ ਵੇ ਮੇਰੇ ਪ੍ਰੀਤਮ ਨੂੰ ਸੰਦੇਸਾ ਦੇ ਮੀ ਜਾ ਇਸ ਤਰ੍ਹਾਂ ਇੱਕ ਗਾਣਾ ਹੁੰਦਾ ਸੀਗਾ ਬਹੁਤ ਪੁਰਾਣਾ ਅਤੇ ਉਹ ਮੇਰੇ ਦਿਮਾਗ 'ਚ ਘੁੰਮ ਰਿਹਾ ਕਿ ਜਿਸ ਵੇਲੇ ਸੰਗਤ ਜਾਂਦੀ ਆ ਅਤੇ ਉਦੋਂ ਬੰਦੇ ਨੂੰ ਇਹ ਮਨ ਵਿੱਚ ਆਉਂਦਾ ਕਿ ਮੈਂ ਵੀ ਮਤਲਬ ਜਾ ਕੇ ਉਸ ਕਿਸਮ ਦਾ ਸਾਡਾ ਮੌਕਾ ਨਨਕਾਣਾ ਸਾਹਿਬ ਤੋਂ ਦਰਸ਼ਨ ਕਰੀਏ ਕਦੇ ਮੌਕਾ ਨਹੀਂ ਮਿਲਿਆ ਹਾਂਜੀ ਤੇ ਹੁਣ ਥੋੜੀ ਗੱਲ ਕਰਦੇ ਹੈਗੇ ਆ ਤੁਹਾਡੀ ਲਾਈਫ ਬਾਰੇ ਕਿਉਂਕਿ ਬੜੇ ਮਾਣ ਦੇ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹੈਗੀ ਆ ਕਿ ਜੇ ਤੁਸੀਂ ਬਰਮਿੰਘਮ ਮਿਊਜ਼ੀਅਮ ਦੇ ਵਿੱਚ ਜਾਓਗੇ ਤੇ ਉੱਥੇ ਤੁਸੀਂ ਸਪੈਸ਼ਲੀ ਇੱਕ ਆਪਣੀ ਕਮਿਊਨਿਟੀ ਦਾ ਇੱਕ ਰੂਮ ਜਿਹਾ ਬਣਾਇਆ ਹੋਇਆ ਗੈਲਰੀ ਬਣਾਈ ਹੋਗੀ ਆ ਕਮਿਊਨਿਟੀ ਗੈਲਰੀ ਸੋ ਇਸ ਸੋ ਮਨੀ ਪੰਜਾਬੀ ਸਿੰਗਰਾਂ ਦੀ ਜਿਹੜੀ ਪੋਸਟਰ ਲੱਗੇ ਹੋਏ ਤੇ ਉਸ ਦੇ ਵਿੱਚ ਬਲਬੀਰ ਭੁਜੰਗੀ ਜੀ ਦਾ ਵੀ ਸੀਡੀ ਲੱਗੀ ਹੋਈ ਹੈ ਕਿਉਂਕਿ ਜਿਨ੍ਹਾਂ ਨੇ ਆਪਣੇ ਇਸ ਕੰਟਰੀ ਦੇ ਵਿੱਚ ਆਪਣੇ ਗਾਣਿਆਂ ਦੇ ਜ਼ਰੀਏ ਆਪਣੇ ਸ਼ਬਦਾਂ ਦੇ ਜ਼ਰੀਏ ਇੱਕ ਆਪਣਾ ਉਹ ਸਥਾਨ ਬਣਾਇਆ ਹੈਗਾ ਕਿ ਜਿਸ ਨੂੰ ਕੋਈ ਲੈ ਨਹੀਂ ਸਕਦਾ ਇਸ ਖੋਲੇ ਲੈਜੈਂਡ ਐਕਚੁਲੀ ਸੋ ਅਸੀਂ ਇਸ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹੈਗੇ ਕਿ ਜਿਹੜਾ ਤੁਹਾਡਾ ਇੱਕ ਸੁਪਨਾ ਸੀਗਾ ਉਹ ਸਾਕਾਰ ਹੋ ਗਿਆ ਕਿ ਆਪਣੀ ਉਸ ਮਿਊਜ਼ੀਅਮ ਦੇ ਵਿੱਚ ਪਿਕਚਰ ਲੱਗੀ ਹੋਏਗੀ ਆ ਉਸ ਮਿਊਜ਼ੀਅਮ ਦੇ ਵਿੱਚ ਆਪਣਾ ਐਲ ਪੀ ਪਿਆ ਹੈਗਾ ਕਿ ਜਿੱਥੇ ਮੈਂ ਕੀ ਕਹਾਂਗੀ ਕਿ ਆਪਣੇ ਜਿਹੜੇ ਬ੍ਰਿਟਿਸ਼ ਗੋਰਿਆਂ ਦੇ ਮਿਊਜ਼ੀਅਮ ਦੇ ਵਿੱਚ ਇੱਕ ਆਪਣਾ ਪੋਸਟਰ ਲੱਗਣਾ ਬਹੁਤ ਹੀ ਵੱਡੀ ਗੱਲ ਹੈਗੀ ਮਾਣ ਦੀ ਗੱਲ ਹੈਗੀ ਆ ਹਾਂਜੀ ਉਹ ਮਤਲਬ ਇਹ ਮੁਹੰਮਦ ਯੂਸਫ ਓਰੀਅਨ ਸਟਾਰ ਏਜੰਸੀ ਉਹਨਾਂ ਦੀ ਦੇਣ ਆ ਤੇ ਉਹਨਾਂ ਨੇ ਰਲ ਕੇ ਇੱਕ ਫੈਜ਼ਲ ਮਨਜ਼ੂਰ ਤੇ ਉਹ ਮਤਲਬ ਮੈਨੇਜਰ ਹੈਗੇ ਉੱਥੇ ਦੇ ਓਰਗਨਾਈਜ਼ਰ ਆ ਉਹਨਾਂ ਨੇ ਮਤਲਬ ਇਹ ਉਪਰਾਲਾ ਕੀਤਾ
ਤੇ ਉਹ ਇੱਕ ਐਸਾ ਇੱਕ ਜੁਦਾ ਜੁਦਾ ਕਮਰਾ ਉਹਨੇ ਬਣਾਇਆ, ਜਗ੍ਹਾ ਬਣਾਈ ਆ ਜਿੱਥੇ ਏਸ਼ੀਅਨ ਮਿਊਜ਼ਿਕ ਬਾਰੇ ਉਹਨਾਂ ਨੇ ਰੱਖਿਆ ਦਿਖਾਉਣ ਵਾਸਤੇ ਇੱਕ ਗੈਲਰੀ ਬਣਾਈ ਹੋਈ ਹੈ ਜਿਹਦੇ ਵਿੱਚ ਪੰਜਾਬੀ ਮਿਊਜ਼ਿਕ ਦੇ ਰੈਕੋਰਡ ਆ, ਟੇਪਾਂ ਹੈਗੀਆਂ, ਪੋਸਟਰ ਵਗੈਰਾ ਲੱਗੇ ਆ, ਉੱਥੇ ਭਜੰਗੀ ਗਰੁੱਪ ਦਾ ਵੀ ਹੈ, ਉੱਥੇ ਰੈਕੋਰਡ ਪਿਆ ਹੈਗਾ। ਅਤੇ ਮਤਲਬ ਸਾਨੂੰ ਇਸ ਚੀਜ਼ ਦਾ ਬੜੀ ਮਾਣ ਹੁੰਦੀ ਹੈ ਕਿ ਪੰਜਾਬੀ ਮਿਊਜ਼ਿਕ ਅਸੀਂ ਇੰਗਲੈਂਡ ਤੋਂ ਸ਼ੁਰੂ ਕਰਕੇ, ਸਮੈਤ ਗੁਰਦੁਆਰੇ ਤੋਂ ਇਸ ਚੀਜ਼ ਨੂੰ ਸ਼ੁਰੂਆਤ ਕਰਕੇ 1964 ਵਿੱਚ ਅਸੀਂ ਸਮੈਤ ਗੁਰਦੁਆਰੇ ਤੋਂ ਗਾਉਣਾ ਸ਼ੁਰੂ ਕੀਤਾ, ਔਰ ਉਹ 67 ਵਿੱਚ ਭਜੰਗੀ ਗਰੁੱਪ ਤਿਆਰ ਕੀਤਾ ਸਟੇਜ 'ਤੇ, ਉਹ 50 ਈਅਰ ਹੋ ਗਿਆ ਸਾਨੂੰ ਭਜੰਗੀ ਗਰੁੱਪ ਦੇ ਨਾਂ 'ਤੇ ਥੱਲੇ ਗਾਉਂਦਿਆਂ ਨੂੰ, ਔਰ ਇਸ ਚੀਜ਼ ਨੂੰ ਉਹਨਾਂ ਨੇ ਇੱਕ ਇਸ ਚੀਜ਼ ਨੂੰ ਰੈਕੋਗਨਾਈਜ਼ ਕੀਤਾ ਕਿ ਭਜੰਗੀ ਗਰੁੱਪ ਨੇ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਦੀ ਸ਼ੁਰੂਆਤ ਕੀਤੀ ਹੈ, ਇੱਕ ਬੂਟਾ ਲਗਾਇਆ, ਹਾਂ ਬੂਟਾ ਲਗਾਇਆ ਸੀਗਾ ਜਿਹਦੀ ਫਾਊਂਡੇਸ਼ਨ ਨਹੀਂ ਰੱਖੀ, ਉਹਨਾਂ ਦਾ ਜੇ ਰੈਕੋਰਡ ਗੈਲਰੀ ਵਿੱਚ ਲੋਕ ਦੇਖਣ ਆਉਂਦੇ ਆ। ਸਾਨੂੰ ਇਸ ਚੀਜ਼ ਦੀ ਬੜਾ ਮਾਣ ਹੁੰਦਾ ਕਿ ਅਸੀਂ ਉਸ ਵੇਲੇ ਇਹ ਪੰਜਾਬੀ ਦੀ ਸ਼ੁਰੂਆਤ ਕੀਤੀ ਹੈ, ਔਰ ਹੁਣ ਉਹ ਜਿਹੜੇ ਸਾਡੇ ਬੱਚੇ ਗਾਹਾਂ ਦੇਖਣ ਜਾਂਦੇ ਕਿ ਕਿਸ ਤਰ੍ਹਾਂ ਸਾਡੀ ਹਿਸਟਰੀ ਸ਼ੁਰੂ ਹੋਈ ਪੰਜਾਬੀ ਦੀ, ਅਤੇ ਸਾਨੂੰ ਬੜੀ ਮਾਣ ਦੀ ਗੱਲ ਹੈ ਕਿ ਬਰਮਿੰਘਮ ਗੈਲਰੀ ਵਿੱਚ ਮਿਊਜ਼ੀਅਮ ਵਿੱਚ ਉਹਨੇ ਸਾਡਾ ਇਹ ਇੱਕ ਜੁਦ ਜਗ੍ਹਾ ਬਣਾਈ ਆ ਪੰਜਾਬੀ ਮਿਊਜ਼ਿਕ ਵਾਸਤੇ, ਜਿਹਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੇ ਰਿਕਾਰਡ ਵੀ ਪਏ ਆ, ਪੋਸਟਰ ਵੀ ਲੱਗੇ ਆ, ਸਾਡਾ ਵੀ ਮਤਲਬ ਰਿਕਾਰਡ ਪਿਆ, ਸਾਨੂੰ ਇਸ ਵਿੱਚ ਬੜੀ ਮਾਣ ਹੁੰਦਾ। ਐਂਡ ਅਨਦਰ ਥਿੰਗਸ ਵਿਗਨ ਗਿਵ ਯੂ ਵਧਾਈਆਂ ਐਸ ਵੈਲ ਕਿ ਤੁਹਾਡੀ ਜਿਹੜੀ ਡੋਟਰ ਹੈਗੀ ਆ ਪਾਪ ਕੋ ਫਰੋਮ ਇਟਰਨਲ ਸਾਲ, ਉਸ ਨੂੰ ਆਪਣੀ ਜਿਹੜੀ ਬ੍ਰਿਟਿਸ਼ ਕਮਿਊਨਿਟੀ ਦੇ ਵਿੱਚੋਂ ਬੈਸਟ ਏਸ਼ੀਅਨ ਐਕਟ ਦਾ ਜਿਹੜਾ ਅਵਾਰਡ ਮਿਲਿਆ ਹੈਗਾ, ਉਸ ਲਈ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਉਸ ਜਿਹੜੀ ਸਾਡੀ ਬੇਟੀ ਹੈਗੀ ਆ ਉਹ ਵੀ ਕਾਫੀ ਜਿਹੜੇ ਤੁਹਾਡੇ ਨਕਸ਼ੇ ਕਦਮ ਤੇ ਚੱਲਦੀ ਹੈਗੀ ਆ, ਉਸ ਨੇ ਵੀ ਕਹਿੰਦੇ ਨੇ ਕਿ ਇੱਕ ਅਵਾਰਡ ਮਿਲਣਾ ਐਜ਼ ਏ ਬ੍ਰਿਟਿਸ਼ ਕਮਿਊਨਿਟੀ ਦੇ ਵਿੱਚੋਂ ਬੈਸਟ ਏਸ਼ੀਅਨ ਐਕਟ ਇਜ਼ ਰੀਅਲੀ ਗੁੱਡ ਐਕਚੁਅਲੀ। ਹਾਂਜੀ, ਇਹ ਬੱਚਿਆਂ ਨੂੰ ਮਤਲਬ ਅਸੀਂ ਗਾਹਾਂ ਖੁਸ਼ੀ ਕਰਦੇ ਕਿ ਆਪਣੀ ਜਿਹੜੀ ਆਰਟ ਆ ਬੱਚਿਆਂ ਤੱਕ ਅੱਗੇ ਅਸੀਂ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਕਰੀਏ, ਅਤੇ ਉਹ ਮਤਲਬ ਸਾਰੇ ਉਹ ਬੱਚੇ ਟਰਾਈ ਕਰਦੇ, ਬਹੁਤ ਸਾਰੇ ਹੁਣ ਨਵੇਂ ਆਰਟਿਸਟ ਆਏ ਆ, ਅਤੇ ਬੇਟੀ ਨੇ ਵੀ ਇਸਨੇ ਪਰਵਿੰਦਰ ਪਾਰਵਨ ਕਹਿੰਦੇ ਆ ਅਟਰਨਰ ਤਾਲ, ਉਹਦਾ ਆਪਣਾ ਗਰੁੱਪ ਆ, ਅਤੇ ਉਹਨੇ ਬਹੁਤ ਸਾਰੇ ਬੜੇ ਬੜੇ ਸਟੇਜਾਂ ਉੱਤੇ ਢੋਲ ਵਜਾਇਆ, ਢੋਲ ਵਜਾਉਂਦੀ ਆ, ਅਤੇ ਉਹ ਮਤਲਬ ਇਸ ਗੋਰਿਆਂ ਦੀ ਮਾਰਕੀਟ ਵਿੱਚ ਵੀ ਉਹਨੇ ਮਤਲਬ ਆਪਣਾ ਨਾਮ ਬਣਾਇਆ, ਅਤੇ ਇਹ ਉਹ ਮਤਲਬ ਸਾਡੀ ਬੜੀ ਮਾਣ ਦੀ ਗੱਲ ਕਿ ਬਾਰਮੀਆਂ ਮਿਊਜ਼ੀਅਮ ਵਿੱਚ ਬਾਰਮੀਆਂ ਮਿਊਜ਼ਿਕ ਅਵਾਰਡ ਜਿਹੜਾ ਉਹਨਾਂ ਨੇ ਅਵਾਰਡ ਰੱਖਿਆ ਸੀਗਾ, ਜਿਹਦੇ ਵਿੱਚ ਸਿਰਫ ਗੋਰੇ UB-40 ਅਤੇ ਡਾਰੋਂ ਜਿਹੜੇ ਪੁਰਾਣੇ ਇੰਗਲਿਸ਼ ਮਤਲਬ ਉੱਥੇ ਸਾਰੇ ਗਰੁੱਪ ਆਏ ਸੀਗੇ, ਅਤੇ ਉਹਨਾਂ ਇੰਗਲਿਸ਼ ਗਰੁੱਪਾਂ ਵਿੱਚ ਇੱਕ ਆਪਣਾ ਪੰਜਾਬੀ ਦਾ ਮਿਊਜ਼ਿਕ ਹੋਣਾ ਬਹੁਤ ਜਿਹਦੇ ਵਿੱਚ ਮੇਰਾ ਨਾਮ ਵੀ ਸੀਗਾ ਕਿ ਅਸੀਂ ਭਜੰਗੀ ਗਰੁੱਪ ਨੇ ਪੰਜਾਬੀ ਦੀ ਏਸ਼ੀਅਨ ਮਿਊਜ਼ਿਕ ਵਿੱਚ ਇੰਨਾ ਮਤਲਬ ਅਸੀਂ ਸੇਵਾ ਕੀਤੀ 50 ਸਾਲ ਤੋਂ, ਅਤੇ ਉਹ ਮਤਲਬ ਉਹਨੇ ਉਸ ਉੱਥੇ ਆਪਣਾ ਢੋਲ ਵੀ ਵਜਾਇਆ ਸੀਗਾ ਔਰ ਆਪਣਾ ਢੋਲ ਪੇਸ਼ ਵੀ ਕੀਤਾ।